ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਗੱਠਜੋੜ ਦਾ ਉਮੀਦਵਾਰ ਐਲਾਨਿਆ ਹੈ। ਟਕਸਾਲੀ ਅਕਾਲੀ ਦਲ ਨੇ ਗੱਠਜੋੜ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਬੀਰ ਦਵਿੰਦਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਕਰਕੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਵੱਡੀ ਤੇ ਨਵੀਂ ਚਰਚਾ ਛਿੜ ਗਈ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੀਰ ਦਵਿੰਦਰ ਸਿੰਘ ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਚਮਕੌਰ ਸਾਹਿਬ ਵਿਖੇ ਪਹੁੰਚੇ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਬੀਰ ਦਵਿੰਦਰ ਸਿੰਘ ਨੇ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਹੈ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਹਮਲੇ ਵੀ ਕੀਤੇ ਹਨ। ਸ਼੍ਰੀ ਬ੍ਰਹਮਪੁਰਾ ਸਾਹਿਬ ਦੀ ਰਹਿਨੁਮਾਈ 'ਚ ਔਰ ਸਰਦਾਰ ਸੇਵਾ ਸਿੰਘ ਸੇਖਵਾ, ਇਹ ਕੰਮ ਉਹਨਾਂ ਦੇ ਸਪੁਰਦ ਹੈ, ਗੱਲਬਾਤ ਚੱਲ ਰਹੀ ਹੈ। ਇਹ ਸੀਟ ਦਾ ਐਲਾਨ ਇਸ ਕਰਕੇ ਪਹਿਲਾਂ ਕਰ ਦਿੱਤਾ ਕਿਉਂਕਿ ਸਾਡਾ ਇਹ ਫੈਸਲਾ ਸੀ ਕਿ ਸੀਟ ਅਸੀਂ ਕਿਸੇ ਕੀਮਤ 'ਤੇ ਛੱਡਣੀ ਨਹੀਂ, ਅਸੀਂ ਹੀ ਲੜਨੀ ਹੈ। ਅਤੇ ਕੈਂਡੀਡੇਟ ਬਾਰੇ ਉਹਨਾਂ ਨੇ ਫੈਸਲਾ ਕਰਤਾ ਸੀ ਲੀਡਰਸ਼ਿਪ ਨੇ ਕਿ ਮੈਂ ਹੀ ਲੜਨੀ ਹੈ। ਅਤੇ ਜਦੋਂ ਕੈਂਡੀਡੇਟ ਬਾਰੇ ਫੈਸਲਾ ਪੁਖਤਾ ਹੋ ਚੁੱਕਿਆ ਅਤੇ ਸੀਟ ਬਾਰੇ ਹੋ ਚੁੱਕਿਆ, ਅਤੇ ਫਿਰ ਸੀਟ ਦਾ ਐਲਾਨ ਰੋਕਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਇਸ ਕਰਕੇ ਕੱਲ੍ਹ ਐਲਾਨ ਕਰਤਾ, ਗੱਲਬਾਤ ਜਾਰੀ ਹੈ। ਜੇ ਠੀਏ ਸਿਰ ਗੱਲ ਮੁੱਕਦੀ ਹੋਈ ਤਾਂ ਮੁੱਕ ਜਾਏਗੀ ਸਾਡੀ ਕੋਸ਼ਿਸ਼। ਨਹੀਂ ਉਹ ਸਾਰੇ ਜਿਹੜਾ ਗੱਠਬੰਧਨ ਦੀਆਂ ਚਾਰੇ ਪੰਜੇ ਪਾਰਟੀਆਂ ਨੇ ਉਹਨਾਂ ਨਾਲ, ਅਕਾਲੀ ਦਲ ਨੇ ਤਾਂ ਜੀ ਸਾਹਿਬ ਨਾਲ ਥੋੜਾ ਸਾਡਾ ਸਮਝੌਤਾ ਨਹੀਂ, ਉਹ ਤਾਂ ਇੱਕ ਮਿੰਟ ਮੇਰੀ ਗੱਲ, ਆਪ ਪਾਰਟੀ ਨੇ ਵੀ ਕਰਿਆ ਵੀ ਤਿੰਨ ਹੋ ਗਏ, ਇਸ ਨਾਲ ਮਤਲਬ ਹੀ ਨਹੀਂ ਕੋਈ ਸਮਝੌਤਾ ਕਰਨ ਦਾ, ਉਹਨਾਂ ਦੇ ਖਿਲਾਫ ਤਾਂ ਲੜਨੀ ਹੈ। ਹਾਂਜੀ, ਅਤੇ ਬਾਦਲਾਂ ਦੇ ਖਿਲਾਫ ਵੀ ਲੜ ਰਹੇ ਹਾਂ, ਠੀਕ ਹੈ ਨਾ। ਬਾਕੀ ਗੱਲਬਾਤ ਚੱਲ ਰਹੀ ਹੈ, ਸਿਰੇ ਵਾਜਪੇਈ ਬਚੀ ਹੈ, ਕਹਿੰਦਾ ਸਿਰੇ ਚੜ ਗਈ ਤਾਂ ਵਧੀਆ, ਨਹੀਂ ਅਸੀਂ ਤਾਂ ਲੜਨਾ ਹੀ ਲੜਨਾ, ਠੀਕ ਹੈ ਨਾ। ਅਤੇ ਅੱਜ ਟੁਰ ਪਿਆ, ਬਸ ਅਸੀਂ ਤਾਂ ਟੁਰਦੇ ਜਾਣਾ, ਕਾਫਲੇ 'ਚ ਸੰਗਤਾਂ ਨੂੰ ਸ਼ਾਮਿਲ ਕਰਦੇ ਜਾਣਾ ਅਤੇ ਲੜਾਈ ਲੜਦੇ ਜਾਣਾ। ਸਾਰੀਆਂ ਪਾਰਟੀਆਂ ਸਹਿਯੋਗ ਕਰਨ ਜਿਹੜੀਆਂ ਤੀਜਾ ਬਦਲ ਚਾਹੁੰਦੀਆਂ, ਠੀਕ ਹੈ ਨਾ ਜੀ। ਇੱਕ ਜੇ ਉਹ ਪਾਰਟੀਆਂ ਜਾਂ ਸਹਿਯੋਗ ਕਰਨ, ਜੇ ਹੋਰ ਪਾਰਟੀਆਂ ਕੋਲ ਬੀਰ ਦਵਿੰਦਰ ਸਿੰਘ ਵਰਗੀ ਤਰਕ ਅਤੇ ਦਲੀਲ ਦੀ ਭਾਸ਼ਾ ਬੋਲਣ ਵਾਲੀ ਆਵਾਜ਼ ਹੈ, ਉੱਥੇ ਸਾਤੋਂ ਸਹਿਯੋਗ ਲੈ ਲੈਣ, ਠੀਕ ਹੈ ਨਾ। ਅਸੀਂ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਗੁੰਗੇ ਨਾ ਭੇਜੋ ਹੁਣ ਪਾਰਲੀਮੈਂਟ 'ਚੋਂ, ਵਕਤ ਲੰਘ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਸੀਟ 'ਤੇ ਗੱਠਜੋੜ ਦੇ ਮੈਂਬਰ ਬਸਪਾ ਵੱਲੋਂ ਵੀ ਅੱਖ ਰੱਖੀ ਜਾ ਰਹੀ ਸੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।